ਜੇ ਸਮੇਂ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤੇ ਸਮੇਂ ਦਾ ਬਾਦਸ਼ਾਹ ਕੌਣ ਸੀ? ਅਬ ਜ਼ਫਰ ਮਹੀਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਮੁਆਸ਼ਰੇ ਆਲਮਗੀਰੀ ਇਹਨਾਂ ਰਾਜ ਨੂੰ ਗਮਗੀ ਕੀਤਾ ਸੀ। ਕੋਈ ਦਸਤਾਰ ਨਹੀਂ ਸਜਾ ਸਕਦਾ। ਕੋਈ ਰਾਗ ਨਹੀਂ ਪੜ ਸਕਦਾ। ਮਸੰਦ ਕਹਿਣ ਲੱਗੇ ਕਲਗੀਆਂ ਵਾਲਿਆ ਅਸੀਂ ਇਤਿਹਾਸਾ ਦੀ ਵਾਰ ਦੀ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ। ਹੁਕਮ ਦਿਓ। ਭੋਰੇ ਪੜ ਲਿਆ ਭੋਰੀਆਂ 'ਚ ਬੈਠ ਕੇ ਕੀਰਤਨ ਗਾਲਿਆ ਕਰਾਂਗੇ। सतगुरु कहंदे ना कऊ किसी को राज ना दे है जो ले लेहे निज पल से ले से आ शस्त्रन के अधीन है राज पर ऐसीयां जो शिलीयां तकरीरा तेद होइयां सतगुरु कहंदे इन गरीब सिखन को दऊ मैं बात सही और ये या ਕਰੇ ਮਰੀ ਗੁਰਿਆਈ ਇਹੀ ਕੋਸਰਦਾਰ ਬਣਾਉਂ ਉਚੜਿਓ ਸੇਮੇ ਬਾਸ ਢੜਾਉ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀਵਨ ਕਾਲ ਦੇ ਅੰਦਰ 14 ਜੰਗ ਲੜੇ ਤੇ 14 ਜੰਗਾਂ ਵਿੱਚ ਹੀ ਫਤਿਹ ਪ੍ਰਾਪਤ ਕੀਤੀ ਪਰ ਸਵਾਲ ਖੜਾ ਇਹ ਵੀ ਹੁੰਦਾ ਕਿ ਮਹਾਰਾਜ ਨੂੰ ਲੜਾਈ ਲੜਨ ਦਾ ਸ਼ੌਕ ਕੋਈ ਨਹੀਂ ਸੀ ਪਰ ਪਿਆਰਿਓ ਸਿਆਣੇ ਕਹਿੰਦੇ ਜਦੋਂ ਲੜਾਈ ਗੱਲ ਪੈ ਜਾਵੇ ਉਹਦਾ ਜਵਾਬ ਦੇਣਾ ਪੈਂਦਾ ਕਿਉਂਕਿ ਅਸੀਂ ਉਹ ਅਣਹਾਲੇ ਤੀਰ ਹਾਂ ਜੋ ਕਦੇ ਨਾ ਉੱਕੇ ਜ਼ਲਮ ਦੀ ਹੱਕ ਨੂੰ ਪਾਰ ਕੇ ਲੰਘ ਜਾਈਏ ਉੱਕੇ ਸੱਚੀ ਗੱਲ ਹੈ ਜੀ ਮੇਆ ਸਾਡੇ ਤੇ ਢੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ ਮੁੱਕ ਕੇ ਇਹ ਫੌਜ ਨਾ ਕਦੇ ਮੁਕੀਏ ਤੇ ਨਾ ਕਦੇ ਮੁੱਕੇਗੀ ਸਾਡੀਆਂ ਜੋਤਾਂ ਬੁਝਾਉਣ ਵਾਲੇ ਬੜੇ ਆਏ ਉਹਨਾਂ ਦੀ ਆਪ ਦਾ ਜੋਤਾਂ ਜਿਹੜੀਆਂ ਸੀ ਬੁੱਝ ਗਈਆਂ ਪਰ ਮਹਾਰਾਜ ਵੱਲੋਂ ਜਗਾਈ ਅਬੂ ਦੀ ਜੋਤ ਅੱਜ ਤੀਕਰ ਲਟ ਲਟ ਜਗ ਰਹੀ ਹੈ ਇੱਕ ਕਵੀ ਨੇ ਬੜਾ ਕਮਾਲ ਦਾ ਕਿਆ ਕਹਿੰਦਾ ਮਹਾਨੂਰ ਬਹਾਰਾਂ ਦੇ ਜਨਮਦਾਤਾ ਛੇੜਾਂ ਕਿਸ ਤਰ੍ਹਾਂ ਤੇਰੀ ਗੁਲਜਾਰ ਦੀ ਗੱਲ ਕੱਲ ਕਿਤੇ ਅਰਸ਼ ਦੀ ਕਮਰ ਨਾ ਟੁੱਟ ਜਾਵੇ ਤੈਨੂੰ ਛੇੜੀ ਨਹੀਂ ਹਜੇ ਦੀਵਾਰ ਦੀ ਗੱਲ ਆ ਗੇਠ ਗੇਠ ਚੜਦੀਆਂ ਲਾਲੀਆਂ ਤੇਰੇ ਖਾਲਸੇ ਨੂੰ ਜਦੋਂ ਛੜਦੀ ਏ ਤੇਰੇ ਪਰਿਵਾਰ ਦੀ ਗੱਲ ਪਰਿਵਾਰ ਦੀ ਗੱਲ ਸਮਾ ਇਹੋ ਜਿਹਾ ਵੀ ਆਇਆ ਅਨੰਦਪੁਰ ਦੀ ਧਰਤੀ ਜਿਹਨੂੰ ਮੇਰੇ ਪ੍ਰੀਤਮ ਨੇ ਚਾਵਾਂ ਦੇ ਨਾਲ ਤਿਆਰ ਕਰਵਾਇਆ ਪੰਜ ਕਿਲੇ ਬਣਾਏ ਸਭ ਤੋਂ ਉੱਚੀ ਜਗ੍ਹਾ ਤੇ ਕਿਲਾ ਅਨੰਦਗੜ ਹੁਸ਼ਾਰਿਆ ਫਰ ਉਹ ਦਿਨ ਆਇਆ ਜਿਸ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ 8 ਮਹੀਨੇ ਦਾ ਘੇਰਾ ਪਿਆ ਉਹਦੇ ਵਿੱਚ ਉਹਦੀ ਬਾਈ ਧਰ ਦੇ ਰਾਜੇ ਸੀ ਜਿਨ੍ਹਾਂ ਨੂੰ 6ਵੇਂ ਸਤਿਗੁਰ ਨੇ ਆ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਇਹਨਾਂ ਨੇ ਵੀ ਪਾਤਸ਼ਾਹ ਪਰ ਬਗਾਵਤ ਕਰ ਦਿੱਤੀ ਕਿ ਰਾ ਕੋਈ ਛੋਟਾ ਮੋਟਾ ਨਹੀਂ ਸਿੰਘਾਂ ਦੇ ਪ੍ਰਸ਼ਾਦਾ ਪਾਣੀ ਮਸਤਾਨੇ ਹੋਏ ਰਸਤਾ ਬਸਤਾ ਜਿਹੜੀਆਂ ਸੀ ਉਹਨਾਂ ਦੀ ਘਾਟ ਪੈ ਗਈ ਕਈ ਦਿਨ ਦਰਖਤਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਪਰ ਪਿਆਰੇ ਖਾਲਸਾ ਜੀ ਇੱਕ ਵਾਰਾ ਦੁਸ਼ਮਣ ਦਲ ਦੇ ਸ਼ੱਕੇ ਛੜਾ ਦਿੱਤੇ ਇਹ ਬਾਈ ਧਾਰੀਆਂ ਦਾ ਜਿਹੜਾ ਇਹਨਾਂ ਨੇ ਪਿਆਰੇ ਖਾਲਸਾ ਜੀ ਜੰਗ ਨੂੰ ਜਿੱਤਣ ਦਾ ਪਲਾਨ ਕੀਤਾ ਸੀ ਜਦੋਂ ਸਾਰਾ ਫਲਾਪ ਹੋਇਆ ਧਰੀਆਂ ਧਰਾਈਆਂ ਰਹਿ ਗਈਆਂ ਫਿਰ ਆਪੋ ਆਪਣੇ ਧਰਮਾਂ ਦੀਆਂ ਕਸਮਾਂ ਖਾਂਦੇ ਆ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਉਹਨਾਂ ਹੱਥ ਖੜੇ ਆ ਇਹ ਅਨੰਦਪੁਰ ਦੀ ਧਰਤੀ ਛੱਡ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਉਸ ਸਮੇਂ ਸਤਗੁਰੂ ਜੀ ਸਿੰਘਾਂ ਨੂੰ ਸਮਝਾਉਣਾ ਕਰਦੇ ਸਿੰਘੋ ਅਕਸਮਾ ਵਾਧਿਆਂ ਵਾਲਿਆਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਕਿਸੇ ਵਕਤ ਵੀ ਕਸਮਾਂ ਤੋੜ ਸਕਦੇ ਐ ਪਰ ਉਸ ਔਕੇ ਸਮੇਂ ਦੇ ਵਿੱਚ ਖਾਲਸੇ ਦੇ ਕਹਨ ਤੇ ਮਾਤਾ ਗੁਦਰ ਕੌਰ ਜੀ ਦੇ ਕਹਨ ਤੇ ਮੇਰੇ ਪ੍ਰੀਤਮ ਨੇ ਸ਼ੇਪੋ ਦੀ ਰਾਤ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਪਵਿੱਤਰ ਨਗਰੀ ਨੂੰ ਫਤੇ ਬੁਲਾ ਦਿੱਤੀ ਪਰਵਾਰ ਤੁਰਿਆ ਜਾ ਰਿਹਾ ਮਾਤਾਵਾਂ ਤੁਰੀਆਂ ਜਾਰੀਆਂ ਮੇਰਾ ਗੁਰਦੇਵ ਇੱਕ ਪਾਸੇ ਨੂੰ ਮੜ ਪਿਆ ਮਾਤਾ ਗੁਦਰ ਕੌਰ ਜੀ ਕਹਿੰਦੇ ਲਾਲ ਜੀ ਕਿਧਰ ਨੂੰ ਜਾ ਰਹੇ ਹੋ ਮਾਂ ਜਾਂਦੀ ਵਾਰ ਪਿਤਾ ਨੂੰ ਫਤਿਹ ਬਲਾ ਆਵਾਂ ਮੁੜ ਕੇ ਮੈਂ ਅਨੰਦਪੁਰ ਦੀ ਧਰਤੀ ਤੇ ਵਾਪਸ ਨਹੀਂ ਜਾਵਾਂਗਾ ਗਾਏ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਦੇ ਅਸੀਸ ਦਾ ਸੰਸਕਾਰ ਹੋਇਆ ਅਰਦਾਸ ਕੀ ਕੀਤੀ ਏ ਪਰਮ ਪੂਜਿਆ ਗੁਰਦੇਵ ਮਹਾਨ ਹਸਤੀ ਫਤੇ ਸਮਝ ਲੋ ਆਖਰੀ ਵਾਰ ਮੇਰੀ ਜੰਗਾ ਜੁੱਧਾਂ ਵਿੱਚ ਜੂਜਣ ਲਈ ਚੱਲਿਆ ਹਾਂ ਦੇਵੋ ਅਸੀਸ ਤੇ ਹੋਵੇ ਨਾ ਹਾਰ ਮੇਰੀ ਪਤਾ ਪਤਾ ਵੈਰੀ ਬਣਿਆ ਬੈਠਿਆ ਗਲੀਆਂ ਦੇ ਕੱਖ ਵੀ ਵੈਰੀ ਆਪਣਾ ਤੇ ਕੋਈ ਨਜ਼ਰ ਨਹੀਂ ਆ ਰਿਹਾ ਧੋਖਾ ਕਦਮ ਕਦਮ ਤੇ ਪਰ ਹਸਦਾ ਤੇ ਗੋਂਦਾ ਇਹ ਰਤਨ ਰੁਲਦਿਆਂ ਦਾ ਗਮਖਾਰ ਤੁਰਿਆ ਜਾ ਰਿਹਾ ਨਹੀਂ ਨਹੀਂ ਇਹ ਤੇ ਆਨੰਦਪਰੀ ਦਾ ਸ਼ਿੰਗਾਰ ਤੁਰਿਆ ਜਾ ਰਿਹਾ ਸਚਾਈ ਇਹ ਹੈ ਨੰਦਪਰੀ ਦਾ ਜ਼ਰਰਾ ਜ਼ਰਰਾ ਘਰਲਾ ਉਠਿਆ ਕਿਉਂ ਜੀ ਕਿਤਵਲ ਜਾ ਰਹੇ ਹੋ ਹੋਇਆ ਕੀ ਕਸੂਰ ਸੇਬਕਾਂ ਨੂੰ ਮੁਖੜਾ ਛਪਾ ਰਹੇ ਹੋ ਮੇਰਾ ਪ੍ਰੀਤਮ ਕਹਿੰਦਾ ਨੰਦਪਰੀਏ ਤੇਰਾ ਕੋਈ ਵੀ ਕਸੂਰ ਨਹੀਂ ਪਰ ਸਾਡਾ ਉਹਨੇ ਇੱਥੇ ਵਸਣਾ ਖੁਦਾ ਨੂੰ ਮਨਜ਼ੂਰ ਨਹੀਂ ਤਰੇ ਜਾਂਦੇ ਐ ਅੱਗੇ ਸਰਸਾ ਦਾ ਕੰਡਾ ਬਾਰਿਸ਼ ਕਾਰਨ ਸਰਸਾ ਵਿੱਚ ਹੜ ਆਇਆ ਹੋਇਆ ਹੈ ਉਸ ਸਮੇਂ ਇੱਕ ਪੈੜ ਦੀ ਰਾਤ ਰਹਿ ਚੁੱਕੀ ਨਗਾਰੇ ਵਾਲੇ ਸਿੰਘ ਨੇ ਲਾਈਆਂ ਤੌਜ਼ੇ ਤੇ ਝੋਟਾ ਸਤਿਗੁਰੂ ਕਹਿੰਦੇ ਚਲੋ ਸਿੰਘੋ ਆ ਸਾਦੀਵਾਰ ਤੱਕ ਕੀਰਤਨ ਕਰੀਏ ਐਨ ਨੂੰ ਦੁਸ਼ਮਣ ਦਲ ਨੇ ਮਗਰੋਂ ਹੀ ਹਮਲਾ ਕਰ ਦਿੱਤਾ ਰੌਲਾ ਸੁਣ ਕੇ ਸਭ ਤੋਂ ਪਹਿਲਾਂ ਧੰਨ ਬਾਬਾ ਅਜੀਤ ਸਿੰਘ ਸਭ ਉੱਠ ਖਲੋਤੇ ਅਮਰੇ ਨੌਜਵਾਨ ਵੀਰ ਧਿਆਨ ਦੇਣ ਸਾਤ ਬੜੇ ਘਟ ਜਾਣਦੇ ਹੋਣਗੇ ਕਿ ਪੌਣੇ 18 ਸਾਲ ਦੀ ਉਮਰ ਦੇ ਵਿੱਚ ਸਹਿਬ ਜਾਦਾ ਬਾਬਾ ਅਜੀਤ ਸਿੰਘ ਨੇ ਕੋਲ ਚਾਰ ਜੰਗ ਲੜਿਆ ਪਹਿਲਾ ਜੰਗ 14 ਸਾਲ ਦੀ ਉਮਰ ਦੇ ਵਿੱਚ ਜਿਹੜਾ ਬਸੀ ਦੇ ਪਠਾਨ ਨਾਲ ਹੋਇਆ ਦੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 14 ਜੰਗਾਂ ਦੇ ਵਿੱਚੋਂ 7ਵਾਂ ਜੰਗ ਤੇ ਖਾਲਸਾ ਸਜਣੇ ਤੋਂ ਬਾਅਦ ਪਹਿਲਾ ਜੰਗ ਜਿਹੜਾ ਅਦੀਨਾ ਬੇਗ ਤੇ ਪੈਂਦੇਖਾਂ ਨਾਲ ਹੋਇਆ ਹੁਣ ਤੱਕਿਓ ਇਹ ਹਨ ਬਾਬਾ ਅਜੀਤ ਸਿੰਘ ਸਾਹਿਬ ਦਾ ਤੀਜਾ ਜੰਗ ਸਰਸਾ ਦੇ ਕੰਡੇ ਤੇ ਹੋ ਰਿਹਾ ਅੰਦੋਖਾ ਜੰਗ ਇੱਕ ਪਾਸੇ ਕੀਰਤਨ ਹੋ ਰਿਹਾ ਤੇ ਦੂਜੇ ਪਾਸੇ ਕਰਪਾਨਾਂ ਖੜਕ ਰਹੀਆਂ ਇਹਨਾਂ ਨੂੰ ਕਲਗੀਆਂ ਵਾਲੇ ਨੇ ਅਕਾਲ ਪੁਰਖ ਅੱਗੇ ਅਰਦਾਸ 구ਜਾਰੀ ਮੇਰਾ ਸੰਸਾਰ ਸੰਸਾਰ ਤੋਂ ਪਰ ਹੋਇਆ ਇੱਥੇ ਪਰਿਵਾਰ ਵਿਛੋੜਾ ਪਿਆ ਘਰ ਦਾ ਇੱਕ ਜੀ ਅੱਖਿਓ ਉਹ ਲਿਉ ਦੇ ਬੈ ਨਾ ਕੱਲਾ ਕਰ ਨਹੀਂ ਸੰਸਾਰ ਸੁਨਾ ਸੁਨਾ ਜਪਦਾ ਬਲੇ ਹਾਰੇ ਦਾਵਾ ਕਲਗੀਆਂ ਵਾਲੇ ਤੋਂ ਜੋੜਾ ਇੱਕ ਪਾਸੇ ਜੋੜਾ ਇੱਕ ਪਾਸੇ ਤੇ ਜੋੜਾ ਇੱਕ ਪਾਸੇ ਇੱਕ ਪਾਸੇ ਮਾਤਾ ਸੁੰਦਰ ਕੌਰ ਜੀ ਮਤਾ ਸ਼ੇਭ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਤੁਰੇ ਦੂਜੇ ਪਾਸੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਮਤਾ ਗੁਦਰ ਕੌਰ ਉਹ ਛੇ ਤੇ 7 ਸਾਲ ਦੀ ਉਮਰ ਦੇ ਸ਼ੇਭ ਜਾ ਦੇ ਜਿਹਨਾਂ ਨੀਆਂ ਵਿੱਚ ਖਲੋਕੇ ਦੱਸ ਦਿੱਤਾ ਗੁਰੂ ਦਾ ਸਿੱਖ ਕਦੇ ਵਕਾਊ ਨਹੀਂ ਢਿਉਂਦਾ ਤੇ ਤੀਜੇ ਪਾਸੇ ਮੇਰਾ ਗੁਰਦੇਵ ਵੱਡੇ ਫਰਜ਼ੰਦ ਚਾਲੀ ਸਿੰਘ ਜਾ ਪਹੁੰਚੇ ਚਮਕੌਰ ਦੀ ਕੱਜੀ ਗੜੀ ਦੇ ਅੰਦਰ ਉਹ ਗੜੀ ਜਿਹਦੀ ਸ਼ਕਲ ਕਿਲੇ ਦੇ ਵਾਕ ਬਣੀ ਹੋਈ ਹੈ ਤੇ ਮੇਰੇ ਕਲਗੀਆਂ ਵਾਲਾ ਪਾਛੈਸ ਗੜੀ ਦੀ ਪਰਖ ਕਿਸ ਤਰ੍ਹਾਂ ਕਰਦਾ ਦਇਆ ਸਿੰਘ ਜੀ ਦਿਲਬਰ ਸਾਡੇ ਸ਼ਰਮਾਰ ਇਹਨਾਂ ਦੇ ਕਹਣ ਦੇ ਮੁਤਾਬਕ ਮੇਰੇ ਸਤਿਗੁਰੂ ਪਿਤਾ ਜੀ ਜੇ ਗੜੀ ਦੀ ਛੱਤ ਤੇ ਚੜਦੇ ਐ ਅੱਡੀਆਂ ਮਾਰ ਮਾਰ ਕੇ ਟੋ ਟੋ ਕੇ ਵੇਖਿਆ ਜੇ ਕੰਦੋਂ ਨੂੰ ਪਰਖਦੇ ਐ ਤੇ ਮਰੇ ਦਤਾਰ ਨੇ ਕੂਣੀਆਂ ਮਾਰ ਮਾਰ ਕੇ ਵੇਖਿਆ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਸਤਿਗੁਰੂ ਉਲਟੀ ਗੰਗਾ ਨੰਦਪੁਰੀ ਨੇ ਬੜੀਆਂ ਭੁਭਾ ਮਾਰੀਆਂ ਉਹ ਸਦੀ ਵਸ ਦੀ ਛੜ ਦਿੱਤੀ ਤੇ ਕੱਚੀ ਗੜੀ ਪਸੰਦ ਆ ਗਈ ਸਤਿਗੁਰੂ ਪਾਜਾ ਕੀ ਹੋਇਆ ਮਹਾਰਾਜ ਕਹਿੰਦੇ ਸਿੰਘਾ ਆਵੇ ਵੀ ਕਿਉਂ ਨਾ ਪਟਨਾ ਸਿੱਖੀ ਦਾ ਪੰਘੂੜਾ ਸੀ ਆਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ ਆ ਸਿੱਖੀ ਜਿੱਥੋਂ ਜਵਾਨ ਹੋਈ ਤੇ ਚਮਕੌਰ ਸਿੱਖੀ ਦੀ ਯੂਨੀਵਰਸਿਟੀ ਹੈ ਇੱਥੇ ਮਰੇ ਲਾਡਾ ਪਾਲੇ ਮਰੇ ਜਾਨਾ ਪਿਆਰੇ ਸਿੰਘਾਂ ਨੇ ਬਈ ਦੁਸ਼ਮਣਾਂ ਦੇ ਨਾਲ ਦੋ ਦੋ ਹੱਥ ਕਰਕੇ ਅੱਗ ਕਿਸ ਤਰ੍ਹਾਂ ਸ਼ਾਹਦਾਂ ਦੇ ਜਾ ਪੀਣੇ ਆਓ ਇਹਨਾਂ ਸ਼ਤਰਾਂ